14 मार्च ਨੂੰ ਸਿੱਖ ਇਨਵਾਇਰਨਮੈਂਟ ਡੇ ਹੈ, ਵਰਲਡ ਸਿੱਖ ਇਨਵਾਇਰਨਮੈਂਟ। ਅਸੀਂ ਸਭ ਜੁਗਨੂ ਕਲੱਬ ਦੇ ਮੈਂਬਰਸ ਹਾਂ। ਜਦੋਂ ਸਾਨੂੰ ਸਿੱਖ ਇਨਵਾਇਰਨਮੈਂਟ ਡੇ ਬਾਰੇ ਪਤਾ ਲੱਗਿਆ ਤਾਂ ਅਸੀਂ ਇਹਨਾਂ ਦੇ ਵਲੰਟੀਅਰਸ ਨੂੰ ਦੋ ਵਾਰੀ ਆਪਣੇ ਕੋਲ ਇਹਨਾਂ ਸਾਰੇ ਬੱਚਿਆਂ ਨੂੰ ਉਸ ਬਾਬਤ ਜਾਣਕਾਰੀ ਦੇਣ ਲਈ ਬੁਲਾਇਆ। ਤੇ ਆਓ ਉਹਨਾਂ ਬੱਚਿਆਂ ਕੋਲੋਂ ਹੀ ਉਹਨਾਂ ਦਾ ਐਕਸਪੀਰੀਅੰਸ ਸੁਣਦੇ ਹਾਂ ਜੋ ਉਹਨਾਂ ਨੇ ਵਾਤਾਵਰਣ ਨੂੰ ਸਾਫ਼ ਰੱਖਣ ਅਤੇ ਹੋਰ ਵਧੀਆ ਬਣਾਉਣ ਲਈ ਯਤਨ ਕੀਤਾ ਉਹਦੇ ਬਾਰੇ। ਜਦੋਂ ਵੀ ਮੈਂ ਮਾਰਕੀਟ ਜਾਂਦਾ ਹਾਂ ਤਾਂ ਮੈਂ ਇਸਨੂੰ ਲੈ ਜਾਂਦਾ ਹਾਂ ਕਿਉਂਕਿ ਪਲਾਸਟਿਕ ਸਾਡੇ ਕੁਦਰਤ ਲਈ ਬਹੁਤ ਹੀ ਹਾਨੀਕਾਰਕ ਹਨ। ਇਸ ਲਈ ਮੈਂ ਇਹ ਜਦੋਂ ਵੀ ਮੈਂ ਮਾਰਕੀਟ ਜਾਂਦਾ ਹਾਂ ਤਾਂ ਇਸਨੂੰ ਸਾਥ ਲੈ ਜਾਂਦਾ ਹਾਂ। ਉਹਨਾਂ ਨੂੰ ਦੱਸਦਾ ਹਾਂ ਕਿ ਪਲਾਸਟਿਕ ਸਾਡੇ ਲਈ ਬਹੁਤ ਹੀ ਹਾਨੀਕਾਰਕ ਹਨ ਅਤੇ ਕੁਦਰਤ ਲਈ ਵੀ। ਡਰਾਇੰਗ ਕਲਾਸ ਵਿੱਚ ਵੇਸਟ ਕਾਗਜ਼ਾਂ ਅਤੇ ਪੁਰਾਣੇ ਕੈਲੰਡਰ ਦਾ ਪੇਪਰ ਬੈਗ ਬਣਾਉਣਾ ਸਿੱਖਿਆ ਸੀ ਜੋ ਕਿ ਮੈਂ ਪੋਲੀਥੀਨ ਦੀ ਵਰਤੋਂ ਘੱਟ ਕਰ ਸਕਾਂ ਕਿਉਂਕਿ ਪੋਲੀਥੀਨ ਬਹੁਤ ਹਾਨੀਕਾਰਕ ਹੁੰਦੀ ਹੈ। ਦੇਖੋ ਇਹ ਸਭ ਨੂੰ ਪਤਾ ਹੈ ਕਿ ਜੋ ਇਹ ਪ੍ਰਦੂਸ਼ਣ ਡੇ ਬਾਈ ਡੇ ਵੱਧਦਾ ਜਾ ਰਿਹਾ ਹੈ, ਜੋ ਸਾਨੂੰ ਅਨਹੈਲਦੀ ਪਾਣੀ ਮਿਲ ਰਿਹਾ ਹੈ ਔਰ ਪਲਾਸਟਿਕ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਰਹੀਆਂ ਹਨ, ਔਰ ਆਪਾਂ ਉਹਦੇ ਲਈ ਕੀ ਕਰ ਸਕਦੇ ਹਾਂ ਉਹ ਸਾਨੂੰ ਆਪਣੇ ਲੈਵਲ 'ਤੇ ਕਰਨਾ ਚਾਹੀਦਾ। ਤਾਂ ਅਸੀਂ ਅਗਰ ਕੁਛ ਕਰਾਂਗੇ ਉਹ ਅਸੀਂ ਸ਼ੇਅਰ ਕਰ ਸਕਦੇ ਹਾਂ ਦੂਸਰਿਆਂ ਨਾਲ ਤਾਂ ਕਿ ਉਹ ਵੀ ਆਪਣੇ ਲੈਵਲ 'ਤੇ ਕੁਛ ਕਰਨ। ਚਲੋ ਆਓ ਸਭ ਰਲ ਕੇ ਮਨਾਈਏ 14 ਮਾਰਚ ਨੂੰ ਵਰਲਡ ਸਿੱਖ ਇਨਵਾਇਰਮੈਂਟ ਡੇ।